ਸਾਹਿਬ ਕਾਲ ਜੀ ਮੈਂ ਹਜਗਰਾਜ ਸਿੰਘ ਹਾਂ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਮੇਰਾ ਜਨਮ ਹੋਇਆ ਹੈ ਤੇ ਮੈਂ ਹਾਕੀ ਦਾ ਖਿਡਾਰੀ ਹਾਂ ਤੇ ਹਾਕੀ ਦੇ ਖੇਤਰ ਦੇ ਵਿੱਚ ਮੈਂ ਭਾਰਤੀ ਟੀਮ ਦੇ ਲਈ 2001 ਦੇ ਵਿੱਚ ਜੂਨੀਅਰ ਵਰਲਡ ਕੱਪ ਜਿੱਤਿਆ ਸੀ ਤੇ 2002 ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਸੀ ਅੱਜ ਕੱਲ ਇੱਕ ਬਹੁਤ ਹੀ ਗਲਤ ਜਿਹਾ ਪ੍ਰਚਾਰ ਚੱਲ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਡੁੱਬੀ ਹੋਈ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਕਿਉਂਕਿ ਮੈਂ ਮਾਝੇ ਦੀ ਧਰਤੀ ਤੋਂ ਹਾਂ ਤੇ ਗੁਰੂਆਂ ਪੀਰਾਂ ਦੀ ਧਰਤੀ ਤੋਂ ਹਾਂ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਨਾ ਕਰੋ ਪੰਜਾਬ ਦੀ ਧਰਤੀ ਨੇ ਪੰਜਾਬ ਦੇ ਯੋਧਿਆਂ ਨੇ ਹਮੇਸ਼ਾ ਹੀ ਪੰਜਾਬ ਦਾ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਚਾਹੇ ਉਹ ਡਿਫੈਂਸ ਦੇ ਵਿੱਚ ਹੋਵੇ ਚਾਹੇ ਉਸ ਨੂੰ ਤੁਸੀਂ ਖੇਡਾਂ ਦੇ ਖੇਤਰ ਦੇ ਵਿੱਚ ਲਾਓ ਜਾਂ ਕਿਸਾਨੀ ਦੇ ਖੇਤਰ ਦੇ ਵਿੱਚ ਲਾਓ ਬਸ ਇਨਾ ਕਹਿ ਅਹਸਾਨ ਕਰੋ ਪੰਜਾਬ ਨੂੰ ਹੋਰ ਨਾ ਬਦਨਾਮ ਕਰੋ